ਕਿੰਨੀ ਮਿਹਨਤ ਹੋਈ ਹੈ, ਐਵੇਂ ਨਹੀਂ ਬਣਾਤੀ ਫਿਲਮ ਕਿ ਲੌਂਗ ਲਾਚੀ ਸੀ ਤੇ 2 ਮਿਲ ਗਿਆ ਚਲੋ ਜੀ ਪੈਸੇ ਕਮਾਨੇ, ਇਦਾਂ ਨਹੀਂ ਆ। ਉਹ ਜ਼ਿੰਮੇਦਾਰੀ ਦੇ ਅਹਿਸਾਸ ਨਾਲ ਬਣਾਈ ਫਿਲਮ ਹੈ, ਬਹੁਤ ਮਿਹਨਤ ਨਾਲ ਬਣਾਈ ਫਿਲਮ ਹੈ। ਔਰ ਇਕੱਲੀ ਇਕੱਲੀ ਆਸਪੈਕਟ 'ਤੇ ਕੰਮ ਕੀਤਾ ਆਰਟ, ਹੈ ਨਾ। ਹੁਣ ਤੁਸੀਂ ਸੰਜੀ ਲੀਲਾ ਮਸਾਲੀ ਨਾਲ ਕਿਵੇਂ ਕਰਦੇ, ਔਰ ਮੈਂ ਉਹਦੇ ਨਾਲ ਨਾਮ ਨਾਲ ਨਹੀਂ ਜਾਂਦਾ ਕਿ ਅਸੀਂ ਉਹ, ਪਰ ਮੈਨੂੰ ਲੱਗਦਾ ਪੰਜਾਬ 'ਚ ਕਿਉਂ ਨਹੀਂ ਉਦਾਂ ਦੀ ਫਿਲਮ ਬਣ ਸਕਦੀ ਹੈ, ਅਤੇ ਉਹਦੀ ਐਗਜ਼ਾਮਪਲ ਹੈ ਫਿਲਮ। ਡੈਫੀਨੇਟਲੀ ਨੀਰੂ ਜੀ ਦੇ ਮਾਤਾ ਨੂਰੀ ਜੀ ਤੋਂ ਬਿਹਤਰ ਮੈਨੂੰ ਲੱਗਦਾ ਨਹੀਂ ਕੋਈ ਲੱਗ ਸਕਦੇ ਆ ਜੀ, ਤੇ ਮੇਰੇ ਮਾਤਾ ਜਸਿੰਦਰ ਬਰਾੜ ਮੈਮ ਤੋਂ ਵਧੀਆ ਨਹੀਂ ਕੋਈ ਲੱਗ ਸਕਦੇ, ਜਿਸ ਤਰ੍ਹਾਂ ਉਹ ਬੋਲਦੇ ਆ ਨਾ, ਐਨਰਜੈਟਿਕ ਹੈ। ਸੋ ਬਹੁਤ ਹੀ ਸਾਡੀ ਫਿਲਮ ਨੂੰ ਭਾਗ ਲੱਗਿਆ ਜੀ ਉਹਨਾਂ ਨਾਲ, ਔਰ ਦੇਖੋ ਤੁਸੀਂ ਮਤਲਬ ਲੋਕ ਜਿਸ ਤਰ੍ਹਾਂ ਉਹਨਾਂ ਨੂੰ ਪਿਆਰ ਦੇ ਰਹੇ ਨੇ, ਬਹੁਤ ਬਹੁਤ ਵਧੀਆ। ਤੁਸੀਂ ਇਹ ਫਿਲਮ ਨੂੰ ਲਾਹੌਰੀਏ ਨਾਲ ਨਹੀਂ ਮਿਲਾ ਸਕਦੇ, ਲਾਹੌਰੀਏ ਵਰਗਾ ਕੋਈ ਕਿਰਦਾਰ ਨਹੀਂ, ਕੋਈ ਕੋਈ ਕੁਛ ਨਹੀਂ ਹੈ, ਨਾ ਕੋਈ ਸਿਚੁਏਸ਼ਨ ਹੈ, ਕਹਾਣੀ ਅਲੱਗ ਹੈ, ਸਾਰੀ ਜਰਨੀ ਅਲੱਗ ਹੈ ਜੀ। ਜਰਨੀ ਐਂਟਰਟੇਨਿੰਗ ਹੈ, ਫਨ ਹੈ, ਔਰ ਤੁਸੀਂ ਕਹਿੰਦੇ ਕਿ ਡਰ ਨਹੀਂ ਲੱਗਦਾ ਜਦੋਂ ਇੱਦਾਂ ਤੁਸੀਂ ਇਹਨੂੰ ਮਿਕਸ ਕਰਦੇ ਹੋ। ਸੋ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ, ਤੇ ਤੁਹਾਨੂੰ ਬਿਸਮਿਲ੍ਲਾ 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 ਬਿਸਮਿਲ੍ਲਾ। ਬਹੁਤ ਹੀ ਸੋਹਣੇ ਅਲਫਾਜ਼, ਬਹੁਤ ਹੀ ਸੋਹਣੀ ਭਾਸ਼ਾ ਸਾਡੇ ਪੰਜਾਬ ਦੀ, ਸਾਡੇ ਸਾਂਝੇ ਪੰਜਾਬ ਦੀ ਤੁਸੀਂ ਇਸ ਫਿਲਮ ਦੇ ਜ਼ਰੀਏ ਲੈ ਕੇ ਆਏ ਹੋ। ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਬਾਦ ਹੈ ਤੁਹਾਡੀ ਹਿੰਮਤ ਨੂੰ। ਥੈਂਕ ਯੂ ਸੋ ਮਚ ਜੀ, ਧੰਨਵਾਦ। ਤੁਹਾਨੂੰ ਫਿਲਮ ਪਸੰਦ ਆਈ, ਸਾਰੇ ਦਰਸ਼ਕ ਜਿਹੜੇ ਫਿਲਮ ਪਸੰਦ ਕਰ ਰਹੇ ਨੇ ਉਹ ਜਦੋਂ ਤੁਸੀਂ ਚੰਗਾ ਕਹਿੰਦੇ ਹੋ ਜਾਂ ਹਨਾ, ਤੋਂ ਸਾਡੀ ਜਿਹੜੀ ਮਿਹਨਤ ਹੈ ਉਹਨੂੰ ਥੋੜ੍ਹਾ ਜਿਹਾ ਸੈਟਿਸਫੈਕਸ਼ਨ ਮਿਲਦੀ ਹੈ। ਜਿਵੇਂ ਮੈਂ ਲੱਗਦਾ ਵੀ ਜਿਵੇਂ ਕਿਸੇ ਰੁੱਖ 'ਤੇ ਮੀਂਹ ਪੈ ਜੇ ਹੈ ਨਾ, ਅਤੇ ਪੱਤਿਆਂ 'ਤੇ ਮਿੱਟੀ ਝੜ ਜੇ ਅਤੇ ਚਮਕ ਜੇ ਜਾਂਦੇ ਆ, ਸਾਡੇ ਜਿਹੜੇ ਦਿਲ ਹੈ, ਸਾਡੇ ਮਨ ਹੈ, ਉਹ ਤੁਹਾਡੀਆਂ ਗੱਲਾਂ ਸੁਣ ਕੇ ਚਮਕਦੇ ਜਾਂਦੇ ਆ। ਸੋ ਥੋੜ੍ਹੇ ਦਿਨ ਪਹਿਲੇ ਤੁਸੀਂ ਇੱਕ ਪੋਸਟ ਵੀ ਪਾਈ ਸੀ ਜਦੋਂ ਤੁਸੀਂ ਪੰਜਾਬ ਦੀ ਗੱਲ ਕੀਤੀ ਸੀ, ਪੰਜਾਬ ਸਾਂਝਾ ਹੈ, ਉਹ ਲੈਂਦਾ ਜਾਂ ਚੜ੍ਹਦਾ ਸਿਆਸਤਾਂ ਨੇ ਬਣਾਇਆ ਹੈ, ਅਤੇ ਤੁਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹੋ ਆਪਣੀ ਫਿਲਮਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਆਉਂਦੇ। ਅੰਬਰ ਇਸ ਕੋਨਸੈਪਟ ਦੇ ਨਾਲ, ਇਹ ਬਹੁਤ ਹੀ ਇਹੋ ਜਿਹਾ ਕਾਲਾ ਦੌਰ ਸੀ ਜਿਹੜਾ ਬੜੇ ਲੋਕਾਂ ਨੇ ਹੰਢਾਇਆ ਹੈ, ਕਈਆਂ ਦੀ ਜਾਨ ਗਈ ਹੈ, ਕਈਆਂ ਦੇ ਪਰਿਵਾਰ ਗਏ ਨੇ, ਤੁਸੀਂ ਉਸ ਦੇ ਨਾਲ ਇੱਕ ਕਮਰਸ਼ੀਅਲ ਮਸਾਲਾ ਵੀ ਪਾਉਂਦੇ ਹੋ, ਤੁਸੀਂ ਐਕਟਰ ਐਕਟ੍ਰੈਸਿਸ ਦੇ ਨਾਲ ਇਮੋਸ਼ਨਸ ਵੀ ਪਾਉਂਦੇ ਹੋ, ਫਿਰ ਉੱਥੇ ਸਾਡੇ ਪੰਜਾਬ ਨੂੰ ਵੀ ਲੈ ਕੇ ਆਉਂਦੇ ਹੋ, ਡਰ ਨਹੀਂ ਲੱਗਦਾ ਹਰੇਕ ਵਾਰ ਇਸ ਕਨਸੈਪਟ ਨੂੰ ਦਰਸ਼ਕਾਂ ਦੇ ਸਾਹਮਣੇ ਲੈ ਕੇ ਆਉਣ ਲਈ? ਜੀ, ਗੱਲ ਇਹ ਹੈ ਕਿ ਤੁਸੀਂ ਕਹਿਣਾ ਕੀ ਚਾਹੁੰਦੇ ਹੋ, ਹੈ ਨਾ। ਮੈਨੂੰ ਲੱਗਦਾ ਕਿ ਉਸ ਵਕਤ ਜਿਵੇਂ ਹਾਲੀਵੁੱਡ ਦੇ ਵਿੱਚ ਵਰਲਡ ਵਾਰ 'ਤੇ ਕਿੰਨੀਆਂ ਫਿਲਮਾਂ ਹੈ, ਸੇਵਿੰਗ ਪ੍ਰਾਈਵੇਟ ਰਿਆਨ ਵੀ ਹੈ, ਦ ਪਾਇਨਿਸਟ ਵੀ ਹੈ, ਹੋਰ ਕਿੰਨੇ ਲੱਖਾਂ ਫਿਲਮਾਂ ਨੇ, ਹਰ ਦੂਜੇ ਦਿਨ ਉਹਨਾਂ ਦੀ ਉਸ ਵਰਲਡ ਵਾਰ 'ਤੇ ਫਿਲਮ ਆਉਂਦੀ ਹੈ, ਤਾਂ ਉਹ ਇੰਨੀ ਵੱਡੀ ਤਰਾਸਦੀ ਹੈ ਉਹਨਾਂ ਦੀ, ਔਰ ਸਾਡੀ ਵੀ ਕਿੱਡੀ ਵੱਡੀ ਤਰਾਸਦੀ ਹੈ, ਔਰ ਸਾਡੇ ਉਦੋਂ ਇੰਨੀਆਂ ਘਟਨਾਵਾਂ ਹੋਈਆਂ, ਮੈਂ ਤਾਂ ਸਗੋਂ ਹੈਰਾਨ ਹੁੰਦਾ ਜੀ ਕਿਉਂ ਨਹੀਂ ਬਣੀਆਂ, ਕਿਉਂ ਨਹੀਂ ਬਣੀਆਂ, ਕਿਉਂਕਿ ਜੇ ਬਣਦੀਆਂ ਤਾਂ ਲੋਕਾਂ 'ਚ ਉਸ ਗੱਲ ਨੂੰ ਲੈ ਕੇ ਗਲਤੀ ਦਾ ਅਹਿਸਾਸ ਹੁੰਦਾ, ਪਛਤਾਵਾ ਹੁੰਦਾ, ਅੱਜ ਮਿਲ ਜਾਂਦੇ, ਮੁਹੱਬਤ ਕਰਦੇ ਇੱਕ ਦੂਜੇ ਨੂੰ। ਸੋ ਮੈਨੂੰ ਲੱਗਦਾ ਕਿ ਉਹ ਜਿਹੜਾ ਉਸ ਵਕਤ ਜੋ ਹੋਇਆ ਉਹ ਸਾਡੇ ਤੋਂ ਗੁਸਤਾਖੀ ਹੋਈ ਹੈ, ਉਸ ਗੁਸਤਾਖੀ ਨੂੰ ਸਾਨੂੰ ਮੰਨਣਾ ਚਾਹੀਦਾ, ਅੱਗੇ ਵਧਣਾ ਚਾਹੀਦਾ, ਹਰ ਇਨਸਾਨ ਨਾਲ ਹੀ ਮੁਹੱਬਤ ਹੋਣੀ ਚਾਹੀਦੀ ਹੈ। ਇਹ ਤਾਂ ਸਾਡਾ ਆਪਦਾ ਪੰਜਾਬ ਹੈ, ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ, ਇੱਥੇ ਤਾਂ ਵੰਡਣਾ ਹੀ ਕੁਝ ਨਹੀਂ ਚਾਹੀਦਾ ਸੀਗਾ। ਠੀਕ ਹੈ, ਸਰਹੱਦਾਂ ਰੱਖੋ, ਸਿਆਸਤ ਹੈ, ਠੀਕ ਹੈ, ਕੋਈ ਪ੍ਰੋਬਲਮ ਨਹੀਂ ਹੈ, ਸਰਹੱਦ ਰੱਖੋ, ਪਰ ਮਨਾਂ 'ਚ ਸਰਹੱਦ ਨਹੀਂ ਹੋਣੀ ਚਾਹੀਦੀ, ਮਨਾਂ 'ਚ ਕੰਡੇ ਵਾਲੀ ਤਾਰ ਨਹੀਂ ਹੋਣੀ ਚਾਹੀਦੀ। ਸਾਡਾ ਕੰਮ ਉਸ ਮਨਾਂ ਦੀ ਕੰਡੇ ਵਾਲੀ ਤਾਰ ਨੂੰ ਹਟਾਉਣਾ। ਪਰ ਦੂਜਾ ਸੀ ਉਹਨਾਂ ਨੇ ਵੀ ਉਸ ਫਿਲਮ ਤਾਂ ਅਲੱਗ ਹੈ ਨਾ, ਤੁਸੀਂ ਇਹ ਫਿਲਮ ਨੂੰ ਲਾਹੌਰੀਏ ਨਾਲ ਨਹੀਂ ਮਿਲਾ ਸਕਦੇ, ਲਾਹੌਰੀਏ ਵਰਗਾ ਕੋਈ ਕਿਰਦਾਰ ਨਹੀਂ, ਕੋਈ ਕੋਈ ਕੁਛ ਨਹੀਂ ਹੈ, ਨਾ ਕੋਈ ਸਿਚੁਏਸ਼ਨ ਹੈ, ਕਹਾਣੀ ਅਲੱਗ ਹੈ, ਸਾਰੀ ਜਰਨੀ ਅਲੱਗ ਹੈ ਜੀ। ਜਰਨੀ ਐਂਟਰਟੇਨਿੰਗ ਹੈ, ਫਨ ਹੈ, ਔਰ ਤੁਸੀਂ ਕਹਿੰਦੇ ਕਿ ਡਰ ਨਹੀਂ ਲੱਗਦਾ ਜਦੋਂ ਇੱਦਾਂ ਤੁਸੀਂ ਇਹਨੂੰ ਮਿਕਸ ਕਰਦੇ ਹੋ। ਜਿਹੜੇ ਬੰਦੇ ਸਿਆਣੇ ਆ ਨਾ, ਅਵੇਅਰ ਨੇ 47 ਲੈ ਕੇ, ਉਹ ਤਾਂ ਅਵੇਅਰ ਹੀ ਨੇ ਨਾ, ਉਹਨਾਂ ਨੂੰ ਇਹ ਫਿਲਮ ਦਿਖਾ ਕੇ ਕੁਛ ਨਹੀਂ ਮਿਲਣਾ। ਅਵੇਅਰ ਕਿਹਨੂੰ ਕਰਨਾ, ਸਾਡੇ ਯੂਥ ਨੂੰ, ਜਿਹਨੂੰ ਐਂਟਰਟੇਨਮੈਂਟ ਚਾਹੀਦਾ। ਸੋ ਉਹਨੂੰ ਐਂਟਰਟੇਨਮੈਂਟ ਦਿਓ 2 ਘੰਟੇ 15 ਮਿੰਟਾਂ 'ਚ, 2 ਘੰਟੇ 5 ਮਿੰਟ 10 ਮਿੰਟ, ਅਤੇ ਨਾਲ ਉਹਨਾਂ ਨੂੰ ਕੁੜੀ 'ਚ ਗੱਲ ਬੰਨ ਕੇ ਦਿਓ, ਅਤੇ ਇਹਦੇ ਨਾਲ ਯੂਥ ਵੀ ਖੁਸ਼ ਹੈ, ਅਤੇ ਜਿਹੜਾ ਸਿਆਣਾ ਸੂਖਮ ਜ਼ਹੀਨ ਸਾਡਾ ਸਰੋਤਾ ਦਰਸ਼ਕ ਹੈ ਉਹ ਵੀ ਖੁਸ਼ ਹੈ, ਉਹਨਾਂ ਦੀ ਵੀ ਸੈਟਿਸਫੈਕਸ਼ਨ ਹੋ ਰਹੀ ਹੈ, ਅਤੇ ਯੂਥ ਵੀ, ਅਤੇ ਇਹ ਸਾਡਾ ਫਰਜ਼ ਹੈ। ਔਰ ਆਰਟ ਦਾ, ਫਿਲਮ ਦਾ ਕੰਮ ਕੀ ਹੈ, ਐਂਟਰਟੇਨ ਕਰਨਾ, ਅਤੇ ਮਤਲਬ ਆਰਟ ਖੂਬਸੂਰਤੀ ਦਿਖਾਉਣੀ ਇੱਕ ਚੀਜ਼ ਦੀ। ਸੰਜੇ ਲੀਲਾ ਭੰਸਾਲੀ ਦੀ ਗੱਲ ਕਰਦੇ ਹਾਂ ਆਪਾਂ, ਬਾਲੀਵੁੱਡ ਦੇ ਵਿੱਚ ਇੱਕ ਵੱਡਾ ਕਰੂ ਅਤੇ ਵੱਡੇ ਸੈੱਟ 'ਤੇ ਉਹਨਾਂ ਦੀਆਂ ਫਿਲਮਾਂ ਹੁੰਦੀਆਂ ਨੇ, ਸੇਮ ਅੱਜ ਹੁਣ ਅਸੀਂ ਤੁਹਾਡੀ ਇਸ ਫਿਲਮ ਦੇ ਵਿੱਚ ਦੇਖਿਆ 40, ਮੈਨੂੰ ਲੱਗਦਾ ਮੈਂਬਰਾਂ ਦਾ ਪਰਿਵਾਰ ਤਾਂ ਤੁਸੀਂ ਕੱਲਾ ਐਮੀ ਨੂੰ ਹੀ ਦੇ ਦਿੱਤਾ ਸੀਗਾ, ਐਡੀ ਵੱਡੀ ਹਵੇਲੀ ਦੇ ਵਿੱਚ ਤੁਸੀਂ ਸ਼ੂਟ ਕੀਤਾ, ਅਤੇ ਮੈਨੂੰ ਲੱਗਦਾ ਤੁਹਾਡਾ ਆਰਟ ਵਾਲਾ ਜਿਹੜਾ ਸੈੱਟ ਹੈ ਜੀ, ਹਾਂ, ਜਿਹੜਾ ਪਾਕਿਸਤਾਨ ਵਾਲਾ ਹੈ, ਉਹ ਡੈਫੀਨਿਟਲੀ ਰਾਈਟ, ਉੱਥੇ 250-300 ਬੰਦਾ ਡੇਲੀ, ਹਾਂ,
जी ਤੇ ਆਰਟ ਵਰਕ ਇੰਨਾ ਖੂਬਸੂਰਤ ਹੈ ਕਿ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਉਸ ਦੇ ਪਿੱਛੇ ਵੀ 60 ਤੋਂ 70 ਬੰਦੇ ਤਾਂ ਜ਼ਰੂਰ ਹੋਣਗੇ ਜੀ 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 ਬਿਲਕੁਲ ਸਹੀ ਗੱਲ ਸੀ ਜੀ ਹੈ ਨਾ ਡੈਫੀਨਿਟਲੀ ਡੇਲੀ ਦਾ ਮਤਲਬ 60 70 ਤਾਂ ਉਹ ਲੇਬਰ ਹੁੰਦੀ ਸੀ ਜੀ ਤੇ ਸਾਡੇ ਆਰਟ ਡਾਇਰੈਕਟਰ ਜਿਹੜੇ ਰਾਸ਼ੀ ਸਾਹਿਬ ਆ ਮਤਲਬ 25 ਦੀ ਜਾਨੀ ਇਹਨਾਂ ਦੇ ਪਰਸਨਲ ਨੇ ਜੀ ਉਹ 100 ਪਲੱਸ ਬੰਦਾ ਹੁੰਦਾ ਸੀਗਾ ਹੁੰਦਾ ਹੈ ਨਾ ਤੇ ਬਹੁਤ ਸ਼ਾਬਾਸ਼ੀ ਹੈ ਕਿ ਇਸ ਚੈਲੰਜ ਨੂੰ ਲੈ ਕੇ ਤੁਸੀਂ ਪੂਰੀ ਫੁੱਲ ਫਲੈਸ਼ਡ ਫਿਲਮ ਬਣਾਈ ਹੈ ਇੱਕ ਸੀਨ ਨੇ ਬਹੁਤ ਆਪਣੇ ਨਾਲ ਕਨੈਕਟ ਕੀਤਾ ਉਹ ਸੀਗਾ ਜਦੋਂ ਪਾਕਿਸਤਾਨ ਦਾ ਉਹ ਮੱਲਾ ਜਿਆ ਜਿਸ ਦੇ ਵਿੱਚ ਅੰਬਰ ਨੂਰੀ ਜੀ ਲੜ ਰਹੇ ਨੇ ਸਾਰਿਆਂ ਦੀ ਬੋਲਵਾਨੀ ਹੀ ਬਦਲ ਗਈ ਮਾਹੌਲ ਦੇ ਹਿਸਾਬ ਨਾਲ ਅੰਬਰ ਜੀ ਉਹ ਚੀਜ਼ ਕਿੱਥੋਂ ਅਡਾਪਟਡ ਹੈ ਇਹ ਬਹੁਤ ਹੀ ਡੂੰਘਾਈ ਦੇ ਵਿੱਚ ਵੜ ਕੇ ਕੱਢਣ ਵਾਲੀਆਂ ਗੱਲਾਂ ਨੇ ਬਹੁਤ ਸੋਹਣੀ ਗੱਲ ਹੈ ਪਹਿਲਾਂ ਤਾਂ ਜੋ ਤੁਸੀਂ ਆਬਜ਼ਰਵ ਕੀਤਾ ਉਹ ਬਹੁਤ ਸੋਹਣੀ ਗੱਲ ਹੈ ਮੈਂ ਚਾਹੁੰਦਾ ਹੁੰਦਾ ਕਿ ਵੀ ਅਸੀਂ ਨਾ ਬੋਲੀਏ ਸਗੋਂ ਤੁਸੀਂ ਬੋਲੋ ਨਾ ਤਾਂ ਬੈਟਰ ਹੈ ਬੀਇੰਗ ਦਰਸ਼ਕ ਬੀਇੰਗ ਰਿਪੋਰਟਰ ਜਦੋਂ ਤੁਸੀਂ ਚੰਗੀ ਗੱਲ ਨੂੰ ਫੜਦੇ ਹੋ ਔਰ ਲੋਕਾਂ ਨੂੰ ਦੱਸਦੇ ਹੋ ਤਾਂ ਜ਼ਿਆਦਾ ਅਸਰ ਹੈ ਕਿ ਜੇ ਤੁਸੀਂ ਸਮਝਦੇ ਹੋ ਕਿ ਯਾਰ ਸਾਡੇ ਇੰਨਾ ਆਰਟ ਦਾ ਕੰਮ ਹੋਇਆ ਔਰ ਹੋਇਆ ਹਨਾ ਉਹ ਪਤਾ ਹੋਣਾ ਚਾਹੀਦਾ ਕਿ ਕਿੰਨੀ ਮਿਹਨਤ ਹੋਈ ਹੈ ਐਵੇਂ ਨਹੀਂ ਬਣਾਤੀ ਫਿਲਮ ਕਿ ਲੌਂਗ ਲਾਚੀ ਸੀ ਉਹਦਾ 2 ਮਿਲ ਗਿਆ ਚਲੋ ਜੀ ਪੈਸੇ ਕਮਾਨੇ ਤਾਂ ਨਹੀਂ ਆ ਉਹ ਜ਼ਿੰਮੇਦਾਰੀ ਦੇ ਅਹਿਸਾਸ ਨਾਲ ਬਣਾਈ ਗਈ ਫਿਲਮ ਹੈ ਬਹੁਤ ਮਿਹਨਤ ਨਾਲ ਬਣਾਈ ਗਈ ਫਿਲਮ ਹੈ ਔਰ ਕਿੱਲੀ ਕਿੱਲੀ ਆਸਪੈਕਟ ਤੇ ਕੰਮ ਕੀਤਾ ਆਰਟ ਹਨਾ ਹੁਣ ਤੁਸੀਂ ਸੰਜੀ ਲੀਲਾ ਮਸਾਲੀ ਨਾਲ ਕੰਪੇਅਰ ਕਰਦੇ ਹੋ ਔਰ ਮੈਂ ਉਹਦੇ ਨਾਲ ਨਾਮ ਨਾਲ ਨਹੀਂ ਜਾਂਦਾ ਕਿ ਅਸੀਂ ਉਹ ਪਰ ਮੈਨੂੰ ਲੱਗਦਾ ਪੰਜਾਬ 'ਚ ਕਿਉਂ ਨਹੀਂ ਉਦਾਂ ਦੀ ਫਿਲਮ ਬਣ ਸਕਦੀ ਹੈ ਅਤੇ ਉਹਦੀ ਐਗਜ਼ਾਮਪਲ ਹੈ ਫਿਲਮ ਅਸੀਂ ਉਸ ਤੋਂ ਵੀ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਲੱਗਦਾ ਬਣੀ ਆ ਸਿਰਫ ਲੈਂਗੁਏਜ ਛੱਡ ਦਿਓ ਅਦਰਵਾਈਜ਼ ਮੈਨੂੰ ਲੱਗਦਾ ਬੈਟਰ ਫਿਲਮ ਆ ਵਿਜ਼ੂਅਲੀ ਹਰ ਪੱਖੋਂ ਸੋ ਅਸੀਂ ਸਾਡੀ ਟੀਮ ਨੇ ਬਹੁਤ ਮਿਹਨਤ ਕੀਤੀ ਆ ਅਤੇ ਇਹੀ ਤਾਂ ਗੱਲ ਹੈ ਅਸੀਂ ਚਾਹੁੰਦੇ ਸਾਂ ਵੀ ਇਸ ਮਾਹੌਲ ਦੇ ਵਿੱਚ ਇਦਾਂ ਦੀ ਫਿਲਮ ਬਣਾਈ ਜਾਵੇ ਜਿਹੜੀ ਦਰਸ਼ਕਾਂ ਦਾ ਭਰੋਸਾ ਜਿੱਤੇ ਔਰ ਇਹ ਫਿਲਮ ਕੰਮ ਕਰੇਗੀ ਜੀ ਲਾਸਟ ਐਂਡ ਲੀਸਟ ਜਿਹੜਾ ਮੇਰਾ ਸਵਾਲ ਹੈ ਉਹ ਹੈਗਾ ਤੁਹਾਡੇ ਜਿਹੜੇ ਕਰੈਕਟਰਸ ਤੁਸੀਂ ਚੂਜ਼ ਕੀਤੇ ਨੇ ਮਤਲਬ ਅਸੀਂ ਹਰ ਫਿਲਮ ਦੇ ਵਿੱਚ ਲਗਭਗ ਜਿਹੜੇ ਚਿਹਰੇ ਵੇਖਦੇ ਆ ਜੋ ਕਿ ਬਹੁਤ ਮੰਨੇ ਹੋਏ ਚਿਹਰੇ ਨੇ ਸਿਨੇਮਾ ਦੇ ਉਹ ਇਸ ਫਿਲਮ ਦੇ ਵਿੱਚ ਵੇਖੇ ਨਹੀਂ ਗਏ ਤੁਸੀਂ ਸੁਪਨਾ ਪੂਰਾ ਕੀਤਾ ਜਸਵਿੰਦਰ ਬਰਾੜ ਮੈਮ ਦਾ ਉਹਨਾਂ ਨੇ ਕਿਹਾ ਕਿ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਹੈ ਲੌਂਗ ਲਾਚੀ 2 ਕਿਉਂਕਿ ਅੰਬਰ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਮਾਤਾ ਜੀ ਤੁਹਾਡਾ ਕਰੈਕਟਰ ਜਿਹੜਾ ਇਸ ਫਿਲਮ ਦੇ ਵਿੱਚ ਹੈ ਸੋ ਤੁਸੀਂ ਉਹਨਾਂ ਦਾ ਸੁਪਨਾ ਪੂਰਾ ਕੀਤਾ ਅੰਬਰ ਨੂਰੀ ਜੀ ਦੂਸਰੇ ਲੈਜੈਂਡ ਨੇਗੇ ਸੋ ਹੋਰ ਵੀ ਜਿਹੜੇ ਚਿਹਰੇ ਨੇ ਉਹ ਟੈਲੈਂਟਡ ਨੇ ਲੇਕਿਨ ਸ਼ਾਇਦ ਉਹ ਵੱਡਾ ਪਲੇਟਫਾਰਮ ਮਿਲ ਨਹੀਂ ਪਾਇਆ ਉਹਨਾਂ ਨੂੰ ਪਵਨ ਜੋਲ ਦੀ ਗੱਲ ਕਰੀਏ ਨਵ ਕਿਰਨ ਦੀ ਗੱਲ ਕਰੀਏ ਜਿਹੜੇ ਸੀਨੀਅਰ ਆਰਟਿਸਟ ਵੀ ਨੇ ਸੋ ਅੰਬਰ ਜੀ ਇਹ ਕਲੈਕਸ਼ਨ ਇਹ ਸਿਲੈਕਸ਼ਨ ਔਰ ਇਹ ਪੂਰਾ ਪਰਿਵਾਰ ਬਣਾਉਣ ਦਾ ਜਿਹੜਾ ਤੁਹਾਡਾ ਜ਼ਿੰਮਾ ਸੀਗਾ ਤੁਸੀਂ ਇਸ ਨੂੰ ਕਿਸ ਤਰ੍ਹਾਂ ਨਿਭਾਇਆ ਇੱਕ ਤਾਂ ਮੇਰਾ ਤੁਹਾਡਾ ਪਿਛਲੇ ਸਵਾਲ ਦਾ ਰਹਿ ਗਿਆ ਸੀ ਮੈਨੂੰ ਲੱਗਦਾ ਵੀ ਨੂਰੀ ਜੀ ਹੁਣ ਜਿਹੜੇ ਕੈਰੈਕਟਰ ਨੇ ਉਹ ਕਿਸ ਤਰ੍ਹਾਂ ਉਸ ਲੈਂਗੁਏਜ ਉਸ ਦੌਰਾਨ ਢਲ ਜਾਂਦੇ ਆ ਵੀ ਬੜੀ ਡੂੰਘੀ ਗੱਲ ਹੈ ਗੱਲ ਇਹ ਨਾ ਜੀ ਕਿ ਜਦੋਂ ਸੱਟ ਵੱਜਦੀ ਕਿਸੇ ਨੂੰ ਤਾਂ ਬੰਦਾ ਨਾਰਮਲ ਬਿਹੇਵ ਨਹੀਂ ਕਰਦਾ ਹੁੰਦਾ ਹਨਾ ਵੀ ਉਹ ਗਾਲਾਂ ਕੱਢਣ ਲੱਗ ਪੈਂਦੇ ਆ ਉਹ ਕਿੱਦਾਂ ਮਹੱਲਿਆਂ ਵਾਲੀਆਂ ਹੋ ਜਾਂਦੀਆਂ ਬੰਦਾ ਨਾਰਮਲ ਬਿਹੇਵ ਨਹੀਂ ਕਰਦਾ ਹੁੰਦਾ ਹਨਾ ਉਹ ਬੰਦਾ ਜਾਂ ਤਾਂ ਕਿਸਮਤ ਨਾਲ ਲੜਦਾ ਹੁੰਦਾ ਜਾਂ ਐਕਸੈਪਟ ਕਰ ਲੈਂਦਾ ਹੁੰਦਾ ਵੀ ਯਾਰ ਇਹਨਾਂ ਨੇ ਲੜਾਈ ਥੱਕ ਗਿਆ ਤਾਂ ਉਹ ਨਾਰਮਲ ਨਹੀਂ ਰਹਿ ਸਕਦਾ ਬੰਦਾ ਉਹਦਾ ਉਹ ਉਹੋ ਜਿਹੀ ਸਿਚੁਏਸ਼ਨ ਨੂੰ ਲੈ ਕੇ ਸੋਚ ਕੇ ਸਰਚ ਵਰ ਕਰਕੇ ਉਦਾਂ ਦੇ ਕਿਰਦਾਰ ਉਹ ਚੀਜ਼ ਲੋਕਾਂ ਦੇ ਵੱਜਦੀ ਵੀ ਆ ਉਹ ਜ਼ਰੂਰੀ ਵੀ ਤਾਂ ਹੀ ਸੀਗਾ ਮੈਂ ਉਹ ਨਾਰਮਲ ਬੈਠੀਆਂ ਉੱਥੇ ਬਿਹੇਵ ਰੋਮ ਦੇ ਕਿਰਦਾਰ ਉਹ ਬਹੁਤ ਹੋ ਚੁੱਕਿਆ ਖੈਰ ਦੂਜੇ ਪਾਸੇ ਉਹਨੇ ਭਾਈ ਜਿਹੜਾ ਜਸਵਿੰਦਰ ਬਰਾੜ ਮੈਮ ਹੈ ਬਿਲਕੁਲ ਸਾਡੀ ਖੁਸ਼ਕਿਸਮਤੀ ਹੈ ਜੀ ਉਹਨਾਂ ਨਾਲ ਕੰਮ ਕਰਨਾ ਤੀਜੇ ਪੰਜਾਬ 'ਚ ਉਹਨਾਂ ਨਾਲ ਗਾਣਾ ਗਾਇਆ ਸੀ ਇੱਕ ਉਹਨਾਂ ਨੇ ਗਾਇਆ ਸੀਗਾ ਤਾਂ ਉਹਨਾਂ ਦੀ એનર્ਜੀ ਵੇਖ ਕੇ ਮੈਨੂੰ ਲੱਗਿਆ ਸੀ ਵੀ ਇਹ ਸਾਡੀ ਫਿਲਮਾਂ ਦੀ ਅੱਖ ਤੋਂ ਬਚੇ ਕਿਵੇਂ ਵੀ ਇਹ ਤਾਂ ਫਿਲਮਾਂ ਚਾਹੀਦੀ ਆ ਹਨਾ ਸੋ ਦੂਜੇ ਨੂਰੀ ਮੈਮ ਨੇ ਡੈਫੀਨੇਟਲੀ ਮੈਂ ਉਹਨਾਂ ਦਾ ਸ਼ੁਰੂ ਤੋਂ ਫੈਨ ਹਾਂ ਬਚਪਨ ਤੋਂ ਹੀ ਨਾ ਕਿਤੇ ਨਾ ਕਿਤੇ ਉਹਨਾਂ ਦੇ ਸੀਰੀਅਲ ਵੇਖਦੇ ਹੁੰਦਾ ਸੀ ਮੈਂ ਸੋ ਮੈਨੂੰ ਉਹ ਵੀ ਹੈਰਾਨੀ ਹੁੰਦੀ ਸੀ ਵੀ ਇਹ ਕਿਉਂ ਨਹੀਂ ਅਜੇ ਤੱਕ ਇਹ ਲਈ ਫਿਲਮਾਂ 'ਚ ਤਾਂ ਬੜਾ ਮੈਨੂੰ ਦੋ ਮੇਰੇ ਕਿਰਦਾਰ ਬਣੇ ਤਾਂ ਮੈਨੂੰ ਮਿੰਟ ਲਾਇਆ ਭਰ ਲੱਗਿਆ ਵੀ ਹਾਂ ਡੈਫੀਨੇਟਲੀ ਨੀਰੂ ਜੀ ਦੇ ਮਾਤਾ ਨੂਰੀ ਜੀ ਤੋਂ ਬਿਹਤਰ ਮੈਨੂੰ ਲੱਗਦਾ ਨਹੀਂ ਕੋਈ ਲੱਗ ਸਕਦੇ ਆ ਜੀ ਅਤੇ ਮੇਰੇ ਮਾਤਾ ਜਸਵਿੰਦਰ ਬਰਾੜ ਮੈਮ ਤੋਂ ਵਧੀਆ ਨਹੀਂ ਲੱਗ ਸਕਦੇ ਜਿਸ ਤਰ੍ਹਾਂ ਉਹ ਬੋਲਦੇ ਆ ਨਾ ਐਨਰਜੈਟਿਕ ਹੈ ਸੋ ਬਹੁਤ ਹੀ ਸਾਡੀ ਫਿਲਮ ਨੂੰ ਭਾਗ ਲੱਗਿਆ ਜੀ ਉਹਨਾਂ ਨਾਲ ਔਰ ਦੇਖੋ ਤੁਸੀਂ ਮਤਲਬ ਲੋਕ ਜਿਸ ਤਰ੍ਹਾਂ ਉਹਨਾਂ ਨੂੰ ਪਿਆਰ ਦੇ ਰਹੇ ਨੇ ਬਹੁਤ ਬਹੁਤ ਵਧੀਆ ਸੋ ਮੈਨੂੰ ਲੱਗਦਾ ਹੈ ਕਿ ਸਭ ਨੇ ਮਿਲ ਕੇ ਜਿਹੜਾ ਹਵੇਲੀ ਨੱਪੀ ਹੈ ਠੀਕ ਹੈ ਤੇ ਹੁਣ ਤੁਸੀਂ ਲੋਕਾਂ ਦਾ ਪਿਆਰ ਨੱਪ ਰਹੇ ਹੋ ਤੇ ਮੈਨੂੰ ਲੱਗਦਾ ਬਸ ਤੁਸੀਂ ਟਿਕਟਾਂ ਨੱਪਣੀਆਂ ਨੇ ਤੇ ਸਿਨੇਮਾ ਘਰਾਂ ਦੇ ਵਿੱਚ ਇਸ ਫਿਲਮ ਨੂੰ ਵੇਖਣ ਦੇ ਪਹੁੰਚ ਲਏ ਸੋ ਬਹੁਤ ਸ਼ੁਕਰੀਆ ਐਂਡ ਬਹੁਤ ਦੁਆਵਾਂ ਥੈਂਕ ਯੂ ਫਿਲਮ ਪਸੰਦ ਆ ਸੋ ਤੁਸੀਂ ਦੱਸੋ ਤਾਂ ਕਿ ਲੋਕਾਂ ਨੂੰ ਜ਼ਿਆਦਾ ਲੱਗੇ ਕਿ ਆ ਨਹੀਂ ਬੰਦਾ ਉਹ ਕਹਿੰਦੇ ਅਰੇ ਆਪ ਤਾਂ ਬੰਦੇ ਕਹਿੰਦੇ ਹੁੰਦੇ ਵੀ ਫਿਲਮ ਵਧੀਆ ਮੈਨੂੰ ਲੱਗਦੀ ਹੈ ਮਿਹਨਤ ਕੀਤੀ ਤਾਂ ਰੰਗ ਲਿਆਏਗੀ ਬਹੁਤ ਸ਼ੁਕਰੀਆ ਜੀ ਸੋ ਤੁਹਾਡੇ ਨਾਲ ਸੀਗੇ ਫਿਲਮ ਦੇ ਡਾਇਰੈਕਟਰ ਫਿਲਮ ਦੇ ਵਿੱਚ ਐਕਟ ਵੀ ਕੀਤਾ ਇਹਨਾਂ ਨੇ ਸੋ ਬਹੁਤ ਮੈਨੂੰ ਜਿਹੜੀ ਗੱਲ ਵਧੀਆ ਲੱਗੀ ਹੈ ਉਹ ਹੈਗੀ ਹੈ ਸਾਂਝੇ ਪੰਜਾਬ ਦੀ ਕੀਤੀ ਗਈ ਗੱਲ ਸਾਂਝੇ ਪੰਜਾਬ ਦੀ ਛੇੜ ਪਾਈ ਗਈ ਗੱਲ ਕਿਸ ਤਰ੍ਹਾਂ ਉਹਦੇ ਉਤਾਰ ਚੜਾਵ ਸੀਗੇ ਉਸ ਦੌਰ ਦੇ ਸੋ ਉਹਨਾਂ ਚੀਜ਼ਾਂ ਨੂੰ ਬਹੁਤ ਸੋਹਣੇ ਤਰੀਕੇ ਦੇ ਨਾਲ ਪਲੋਟ ਕੀਤਾ ਗਿਆ ਇਸ ਫਿਲਮ ਦੇ ਵਿੱਚ ਐਂਡ ਜੇ ਤੁਸੀਂ ਵੀ ਵੇਟ ਕਰ ਰਹੇ ਸੀ ਇਸ ਫਿਲਮ ਦਾ ਸੋ ਜ਼ਰੂਰ ਵੇਖਣ ਪਹੁੰਚਣਾ ਐਂਡ ਸਾਨੂੰ ਵੀ ਦੱਸਣਾ ਕਿ ਤੁਹਾਨੂੰ ਫਿਲਮ ਕਿਹੋ ਜਿਹੀ ਲੱਗੀ ਕਿਉਂਕਿ ਤੁਹਾਡੀ ਸਪੋਰਟ ਦੇ ਸਾਥ ਦੇ ਨਾਲ ਹੀ ਹਮੇਸ਼ਾ ਪੰਜਾਬੀ ਸਿਨੇਮਾ ਉੱਤੇ ਵਧੇਗਾ ਐਂਡ ਓਬਵੀਅਸਲੀ ਸਾਡੇ ਲਈ ਵੀ ਤੁਹਾਡਾ ਫੀਡਬੈਕ ਬਹੁਤ ਵੈਲਿਊਏਬਲ ਹੈ ਸੋ ਕੀਪ ਵਾਚਿੰਗ ਸਿਨੇ ਪੰਜਾਬ